ਲੋ ਜੀ ਫਿਰ ਬ੍ਰੇਕਿੰਗ ਨਿਊਜ਼, ਬਾਬੇ ਸ਼ੁਭ ਸ਼ੁਭ ਵਾਲੇ ਦੀ ਪੈਨ ਨਿਕਲ ਗਈ ਜੀ, ਪਤਾ ਨਹੀਂ ਕਿਹਦੇ ਨਾਲ ਨਿਕਲੀ ਇਸ ਗੱਲ ਦਾ, ਮੈਨੂੰ ਵੀ ਕੋਈ ਨਹੀਂ ਪਤਾ। ਇਹ ਜਿਹੜਾ ਹਾਈ ਲੈਵਲ ਦਾ ਚੁੱਟ ਬੰਦਾ ਇਸ ਦੁਨੀਆ ਤੇ ਕੋਈ, ਇਹ ਜਿਹੜੇ ਬਾਬਾ ਸ਼ੁਭ ਸ਼ੁਭ ਨਹੀਂ ਬਲਕਿ ਯਕਾਂ ਦਾ ਜੀ, ਪਤਾ ਨਹੀਂ ਸ਼ੁਭ ਸ਼ੁਭ ਕੇ ਸ਼ਫ ਸ਼ਫ। ਬਾਕੀ ਬਾਬਾ ਤੇਰੇ ਅੰਦਰ ਵੀ ਨਾ ਦੋ ਮੂੰਹ ਵਾਲੇ ਸਲੰਸਰ ਲੱਗੇ, ਤੇਰੀ ਅੱਗ ਮੇਰੇ ਕੋਲ ਨਹੀਂ ਮੱਠੀ ਹੋਣੀ, ਭੋਲੇ ਰਿਕਾਰਡ ਨੂੰ ਬੁਲਾਉਣਾ ਪੈਣਾ। ਪਿਛਲੀ ਵੀਡੀਓ ਦੇ ਵਿੱਚ ਮੈਂ ਸੀ ਯਕ ਨੂੰ ਕੋਈ ਗੱਲ ਨਹੀਂ ਸੀ ਕਰੀ, ਲੇਕਿਨ ਫਿਰ ਵੀ ਇਹਦੇ ਅੰਦਰ ਕੀੜਿਆਂ ਨੇ ਚੁੱਲ ਮਚਾਈ, ਕੋਈ ਹਾਈ ਕਿਸਮ ਦੀ ਚੋਪ ਕਰਾਈ, ਇਸ ਖੋਤੀ ਦੇ ਬੱਚੇ ਨੇ ਮੇਰੀ ਵੀਡੀਓ ਦੇ ਉੱਤੇ ਸਟ੍ਰਾਈਕ ਮਾਰੀ, ਉਹ ਵੀ ਫੇਸਬੁੱਕ ਦੇ ਉੱਤੇ। ਅੱਛਾ ਵੀ ਜਵਾਨੋ, ਵੀਡੀਓ ਜਿਹੜੀ ਉਹ ਅੱਜ ਥੋੜੀ ਜਿਹੀ ਤੱਤੀ ਹੈ ਤੇ ਹੈਂਡ ਫਰੀ ਲੱਭ ਲੁੱਭ ਕੇ ਲਾ, ਅੱਜ ਸਮਝੋ ਹੈਂਡ ਫਰੀ ਤੁਹਾਡੇ ਤੇ ਫਰਜ਼ ਹੈ ਜੀ। ਚੱਲ ਮੇਰਾ ਪੁੱਤਰ, ਤੂੰ ਉਸ ਵੀਡੀਓ ਨੂੰ ਤੇ ਸਟ੍ਰਾਈਕ ਮਾਰ ਲਈ, ਲੇਕਿਨ ਹੁਣੇ ਦੇ ਉੱਤੇ ਆਪਣੀ ਬਾਜੀ ਪੇਸ਼ ਕਰਾ ਦੇਣਾ, ਪਰ ਹੁਣ ਤੇਰੀ ਮੈਂ ਰੱਖ ਕੇ ਪੈਣ ਟੰਗਣੀ, ਜਿਹੜਾ ਤੇਰੇ ਕੋਲੋਂ ਪਟੀਂਦਾ ਹੀ ਨਾ ਪਟ ਲੈ। ਦੂਸਰਾ, ਅਗਰ ਮੇਰੀ ਪਹਿਲੀ ਵੀਡੀਓ ਵੇਖਣੀ ਹੋਈ ਤਾਂ YouTube ਤੇ ਅਜੇ ਵੀ ਪਈ, ਉੱਥੇ ਜਾ ਕੇ ਵੇਖ ਸਕਦੇ। ਇਸ ਵੀਡੀਓ ਨੂੰ ਤੁਸੀਂ ਇੰਨਾ ਕੁ ਸ਼ੇਅਰ ਕਰਨਾ ਕਿ ਉਹਦੇ ਤੱਕ ਦੁਬਾਰਾ ਆਵੇ। ਇਹ ਬਗੈਰਤ ਬਹੁਤ ਵੱਡਾ ਡਰਾਮੇ ਬਾਜ਼ੀ, ਇੱਥੇ ਗੁੱਸਾ ਤੇ ਮੈਨੂੰ ਉਹਨਾਂ ਬੰਦਿਆਂ ਤੇ ਆ ਰਿਹਾ ਜਿਹੜੇ ਬੰਦੇ ਇਹਦੀ ਭੈਣ ਯਕੀਨ ਨੂੰ ਪਤਾ ਨਹੀਂ ਕੀ ਹੋਈ ਸਮਝ। ਇੰਟਰਵਿਊਜ਼ ਦੇ ਵਿੱਚ ਆ ਕੇ ਕਹਿੰਦਾ ਜੀ ਲੋਕੀ ਮੇਰੇ ਤੇ ਵੀਡੀਓ ਬਣਾ ਕੇ ਰੁਪਈਏ ਕਮਾਉਂਦੇ ਨੇ, ਮੇਰੇ ਤੋਂ ਵਿਊਜ਼ ਛਾਪਦੇ ਛਾਪਦੇ ਰਹਿਣ, ਮੈਨੂੰ ਉਹਦੇ ਨਾਲ ਕੋਈ ਮਸਲਾ ਹੀ ਕੋਈ ਨਹੀਂ। ਬਾਬਾ ਜੀ ਤੈਨੂੰ ਮਸਲਾ ਕੋਈ ਨਹੀਂ ਤੇ ਫਿਰ ਲੋਕਾਂ ਨੂੰ ਸਟ੍ਰਾਈਕ ਲੋੜੇ ਵਾਸਤੇ ਮਾਰਨਾ। ਇਹ ਭਾਈ ਸਾਹਿਬ ਬਹੁਤ ਵੱਡਾ ਬਗੈਰਤ ਬੰਦਾ, ਇਹ ਸੋਸ਼ਲ ਮੀਡੀਆ ਤੇ ਕੁਛ, ਤੇ ਅੰਦਰੋਂ ਇਹ ਕੁਛ, ਲੇਕਿਨ ਇਸ ਚੋਟ ਦਾ ਇੱਕ ਆਪਣਾ ਹੀ ਲੈਵਲ। ਉਤੋਂ ਸਾਲਾ ਕਹਿੰਦਾ ਕਿ ਮੈਂ 12 ਸਾਲਾਂ ਤੋਂ ਪਤਾ ਨਹੀਂ 18 ਸਾਲਾਂ ਤੋਂ ਸੁੱਤਾ ਹੀ ਕੋਈ ਨਹੀਂ, ਐਡਾ ਤੂੰ ਕਿਸੇ ਜਾਗਣ ਵਾਲੀ ਦਾ ਬੱਚਾ, ਜੋ ਡਰਾਮੇ ਬਾਜ਼ੀ ਤੂੰ ਸ਼ੁਰੂ ਕੀਤੀ, ਲੋਕਾਂ ਨੂੰ ਪਤਾ ਨਹੀਂ ਕਿਹੜੀਆਂ ਮਦਾਰੀਆਂ ਵਹਾਂਦਾ ਰਹਿਣਾ ਤੇ ਲੋਕੀ ਭੈਣ ਚ ਪਾਗਲ ਜਿਹੜੇ ਯਕ ਤੇਰੇ ਕੋਲ ਆਪਣੇ ਹੁੰਦੇ। ਅਗਰ ਕੋਈ ਬੰਦਾ ਇਹਦੀ ਭੈਣ ਜਿਹਨੂੰ ਲੋਕਾਂ ਦੇ ਸਾਹਮਣੇ ਲੈ ਤੇ ਉਹਨੂੰ ਸਟ੍ਰਾਈਕ ਮਾਰ ਦੇਣਾ, ਅੱਛਾ ਇਕਰਾਰੂ ਲਸਨ ਨੂੰ ਕਿਸੇ ਕਿਸਮ ਦਾ ਸਟ੍ਰਾਈਕ ਨਹੀਂ ਮਾਰਿਆ, ਕਿਉਂਕਿ ਪਤਾ ਉਧਰੋਂ ਦੀ ਹਾਈਪ ਵੱਧ ਰਹੀ ਹੈ ਤੇ ਲੋਕੀ ਵਾਹ ਵਾਹ ਆ ਰਹੇ। ਮੈਂ ਮਜ਼ੀਦ ਮਸ਼ਹੂਰ ਹੋ ਰਿਹਾ, ਬਾਕੀ ਭੈਣ ਤੇ ਦੀ ਉਸ ਟਾਈਮ ਨਿਕਲ ਜਾਂਦੀ ਜਿਸ ਟਾਈਮ ਕੋਈ ਬੰਦਾ ਇਹਦੇ ਤੇ ਰੋਸਟ ਕਰਦਾ, ਜਾਂ ਇਹਦੇ ਤੇ ਕੋਈ ਮੀਮਸ ਬਣਾਉਂਦਾ, ਜਾਂ ਫਿਰ ਇਹਦੀਆਂ ਬਕਚੋਦੀਆਂ ਨੂੰ ਐਕਸਪੋਜ਼ ਕਰਦਾ। ਅੱਛਾ ਇਹਦੇ ਉੱਤੇ ਜਿਹੜੀ ਮੈਂ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਮੈਂ ਸਾਰੇ ਕਮੈਂਟ ਜਾ ਕੇ ਪੜ੍ਹੇ। ਅੱਛਾ ਮੈਂ ਤਾਂ ਜੇ ਨੂੰ ਕੁਝ ਆਖੀ ਕੋਈ ਨਹੀਂ ਸੀ, ਲੋਕਾਂ ਨੇ ਕਮੈਂਟ ਚ ਉਹ ਇਹਦੀ ਭੈਣ ਟੰਗੀ ਸੀ, ਉਹ ਇਹਦੀ ਕੁੱਤੇ ਵਾਲੀ ਕੀਤੀ, ਇਹ ਬੰਦਾ ਵਾਕਈ ਉਸ ਚੀਜ਼ ਦਾ ਹੱਕਦਾਰ। ਉਸ ਬਾਅਦ ਫਿਰ ਕਈ ਲੋਕ ਕਹਿੰਦੇ ਨੇ ਜੀ ਇਹਦੇ ਕੋਲ ਜਾ ਕੇ ਲੋਕਾਂ ਨੂੰ ਬੜੀ ਸ਼ਫਾ ਲੱਭਦੀ, ਆਹੋ ਐਡਾ ਸ਼ਫਾਈ ਪੰਪ। ਜੇ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਇਹਦੇ ਕੋਲ ਜਾ ਕੇ ਬੜਿਆਂ ਨੂੰ ਸ਼ਫਾ ਲੱਭਦੀ, ਆਪਣੇ ਮੁਲਕ ਦੇ ਵਿੱਚ ਬੜੇ ਇਹੋ ਜਿਹੇ ਬਗੈਰਤ ਬੈਠੇ, ਇਹਨਾਂ ਦੇ ਕੋਲ ਬੜੇ ਲੋਕ ਜਾਂਦੇ ਨੇ ਤੇ ਬਾਅਦ ਉਹ ਕਹਿੰਦੇ ਨੇ ਜੀ ਸਾਨੂੰ ਇਹਦੇ ਕੋਲ ਸ਼ਫਾ ਲੱਭਦੀ, ਲੇਕਿਨ ਉਹਨਾਂ ਬੰਦਿਆਂ ਦੀ ਗਲਤ ਫਹਿਮੀ। ਫਿਰ ਉਸ ਹਿਸਾਬ ਨਾਲ ਜਿੰਨੇ ਵੀ ਇੱਥੇ ਪਾਕਿਸਤਾਨ ਦੇ ਵਿੱਚ ਬਗੈਰਤ ਬੈਠੇ ਨੇ ਸਾਰੀ ਕਰਾਮਾਤੀ, ਜਾਂ ਫਿਰ ਸਾਰੇ ਢੋਂਗੀਆਂ ਨੂੰ ਕਰਾਮਾਤੀ ਮੰਨੋ, ਜਾਂ ਫਿਰ ਵੜੋ ਮੰਨੋ ਕਿ ਇਹ ਸਾਰੇ ਬਗੈਰਤ ਨੇ। ਅੱਛਾ ਵੀ ਪਾਕਿਸਤਾਨ ਨੂੰ ਵੀ ਤੁਸੀਂ ਛੱਡੋ, ਅਗਰ ਉਰਲਾ ਪਰਲਾ ਮੁਲਕ ਫੜਦੇ ਹੋ, ਇੰਡੀਆ ਹੀ ਫੜ, ਉੱਥੇ ਵੀ ਕਈ ਇਹੋ ਜਿਹੇ ਬਗੈਰਤ ਬੈਠੇ, ਹਰ ਮਜ਼ਹਬ ਵਿੱਚ ਬੰਦੇ ਬੈਠੇ ਨੇ, ਉਹਨਾਂ ਕੋਲ ਵੀ ਬੰਦੇ ਲੰਗੜੇ ਹੁੰਦੇ ਨੇ ਤੇ ਬਾਅਦ ਉਹ ਟੁਰ ਕੇ ਟੁਰ ਜਾਂਦੇ, ਲੇਕਿਨ ਕਰਦੇ ਉਹ ਵੀ ਇਹਨਾਂ ਦੀ ਤਰ੍ਹਾਂ ਭੈਣ ਯਕੀਨ, ਕਿਉਂਕਿ ਕੋਈ ਵੀ ਲੰਗੜਾ ਬੰਦਾ ਸਕਿੰਟਾਂ ਟੁਰਨਾ ਨਹੀਂ ਸ਼ੁਰੂ ਕਰ ਸਕਦਾ, ਵੜ ਜੋ ਸਮਝ ਜਾਂ ਇੱਕ ਵਾਰੀ ਸ਼ੁਭ ਕਰਨ ਦੇ ਨਾਲ ਉਹ ਜੋ ਮਤਲਬ ਪਹਿਲਾਂ ਉਹ ਮਰਿਆ ਪਿਆ ਹੁੰਦਾ ਹਿਲਦਾ ਜੁਲਦਾ ਹੀ ਕੋਈ, ਐਂਡ ਇੱਕ ਵਾਰੀ ਸ਼ੁਭ ਕਰੋ ਤੇ ਭਾਈ ਸਾਹਿਬ ਦੱਸਣ ਲੱਗ ਜਾਂਦਾ ਹਾਂ ਮੈਂ ਐ ਵਾਂ, ਮੇਰੇ ਅੱਬੇ ਦਾ ਨਾਂ ਐ ਵੇ, ਮਤਲਬ ਅਜੀਬ ਹੀ। ਇਹ ਬੰਦਾ ਪੁੱਛੇ ਪਹਿਲਾਂ ਤੇਰੀ ਭੈਣ ਨੂੰ ਵੜਿਆ ਸੀ, ਪਹਿਲਾਂ ਗੂੰਗਾ ਹੋਇਆ ਸੀ, ਨਹੀਂ ਵੀਆ ਇੱਕ ਵਾਰੀ ਸ਼ੁਭ ਕਰਨ ਦੇ ਨਾਲ ਤੇਰੇ ਅੰਦਰੋਂ ਕਿਹੜੇ ਐਸੇ ਜਰਾਸੀਮ ਬਾਹਰ ਨਿਕਲ ਆਏ ਨੇ ਜਿਹੜਾ ਤੂੰ ਹੁਣ ਬੋਲਣ ਵੀ ਲੱਗ ਗਿਆ, ਪਹਿਲਾਂ ਤੂੰ ਲੰਗੜਾ ਸੀ ਹੁਣ ਤੂੰ ਟੁਰਨ ਵੀ ਲੱਗ ਗਿਆ। ਉਹ ਭਾਈ ਸਾਰੀ ਪੈਸੇ ਦੀ ਗੇਮ ਹੈ, ਠੀਕ ਹੈ, ਰੈਂਟ ਤੇ ਬੰਦੇ ਚੁੱਕੇ ਨੇ, ਤੁਸੀਂ ਪਤਾ ਨਹੀਂ ਕਿੱਥੇ ਤੇ ਫੁੱਦੂ ਹੋ ਭੈਣ ਚ, ਸਮਝੋ ਬਾਹਰ ਤੁਹਾਡਾ ਨਾ ਤੁਹਾਡੇ ਕੋਈ ਅਕਲ ਕੰਮ ਕਰਦੀ ਹੈ, ਜਿਹੜਾ ਹੁਣ ਜੀ ਪਤਾ ਨਹੀਂ ਤੁਹਾਡਾ ਟੱਟਿਆਂ ਦੇ ਵਿੱਚ ਟੁਰ ਗਿਆ, ਜਿਹੜੇ ਇਹੋ ਜਿਹੇ ਢੋਂਗੀ ਬਾਬਿਆਂ ਦੇ ਕੋਲ ਜਾਂਦੇ ਵੜਦੇ। ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਬੜੀ ਨੋਟ ਕਰੋ, ਸਭ ਤੋਂ ਜ਼ਿਆਦਾ ਇਹਨਾਂ ਯਕਾਂ ਦੇ ਕੋਲ ਔਰਤਾਂ ਜਾਂ ਜਿਸ ਸਮੇਂ ਜਾਂਦੀਆਂ ਹੋਣਗੀਆਂ ਉਸ ਟਾਈਮ ਤੇ ਕਹਿਣਗੀਆਂ ਜੀ ਉਹ ਬੜਾ ਕਰਾਮਾਤੀ ਬਾਬਾ ਹੈ, ਉਹਦੇ ਬੜੇ ਭਾਈ ਰੰਗ ਨੇ ਤੇ ਇੰਜੇ ਤੇ ਉਹ ਤੇ ਭਾਈ ਇੰਜ ਕਰ ਦਿੰਦਾ, ਉਹ ਤੇ ਭਾਈ ਮੈਂ ਨਾ ਪੈਂਟਾਂ ਘਰਾ ਦੇ। ਜੇ ਉਸ ਤੋਂ ਕੁਝ ਦਿਨ ਬਾਅਦ ਉਹਦੀ ਕੋਈ ਬਗੈਰਤੀ ਸਾਹਮਣੇ ਆ, ਅਗਰ ਕਿਸੇ ਵੀ ਥਰੂ ਉਹਦਾ ਪਤਾ ਲੱਗ ਜਾਏ ਕਿ ਇਹ ਢੋਂਗੀ ਬਾਬਾ ਜਾਂ ਬਗੈਰਤੀ ਲਾ ਰਿਹਾ ਸੀ ਬਸ ਲੋਕਾਂ ਨੂੰ ਲੁੱਟ ਰਿਹਾ, ਉਸ ਤੋਂ ਬਾਅਦ ਫਿਰ ਵੜ ਜਾਂਦੀਆਂ ਜਨਾਨੀਆਂ ਹੀ ਕਹਿੰਦੀਆਂ ਨੇ ਹਾਂ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਉਹ ਬੜਾ ਬਗੈਰਤ ਹੈ। ਜਦੋਂ ਮੈਂ ਉਹਦੇ ਕੋਲ ਗਈ ਸਾਂ ਨਾ, ਉਦੋਂ ਹੀ ਮੈਨੂੰ ਬੜੀਆਂ ਭੈੜੀਆਂ ਨਜ਼ਰਾਂ ਨਾਲ ਵੇਖ ਰਿਹਾ ਬੰਦਾ, ਪੁੱਛੇ ਗਈ ਉੱਥੇ ਅੰਬਲ ਹੈ ਬਾਕੀ ਭਾਈ, ਮੈਂ ਤੁਹਾਨੂੰ ਦੱਸ ਰਿਹਾ ਬਹੁਤ ਹਾਈ ਲੈਵਲ ਤੇ ਬਗੈਰਤੀ ਚੱਲ ਰਹੀ ਹੈ, ਬਹੁਤ ਹਾਈ ਲੈਵਲ ਤੇ ਬਗੈਰਤੀ, ਇਹਨੂੰ ਤਾਂ ਜਿੰਨਾ ਹੋ ਸਕੇ ਬੁਲਾਓ ਤੇ ਬਚੋ। ਅੱਛਾ ਵੀ ਤੇ ਫਿਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਕਿ ਇਹ ਮੇਨ ਬਗੈਰਤੀ ਇਕਰਾਰੂ ਹਸਨ ਨੇ ਵੀ ਆਪਣੀ ਵੀਡੀਓ ਵਿੱਚ ਮੈਂਸ਼ਨ ਕੀਤਾ ਸੀ ਕਿ ਇਹਦੇ ਕੋਲ ਬੜੀਆਂ ਪ੍ਰਾਪਰਟੀ ਹੈ ਵਗੈਰਾ ਵਗੈਰਾ, ਮਤਲਬ ਵਾਹ ਵਾਹ ਰੁਪਈਆ ਇਹਦੇ ਕੋਲ, ਉਹ ਕਿਧਰੋਂ ਆਉਂਦਾ ਕੁਝ ਸਮਝ ਆਉਂਦਾ, ਫਿਰ ਉਹ ਵਾਲੀ ਸਾਰੀ ਬਗੈਰਤੀ ਮੈਂ ਤੁਹਾਨੂੂੰ ਐਕਸਪਲੇਨ ਕਰਕੇ ਦੱਸਣਾ, ਬਗੈਰਤ ਮੇਨ ਰਗੜ ਬੱਲਾ ਕੀ ਚੱਲ ਰਿਹਾ ਪਾਕਿਸਤਾਨ ਵਿੱਚ, ਜ਼ਿਆਦਾਤਰ ਇਹੀ ਕੁਝ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ, ਵੈਸੇ ਵੀ ਪਤਾ ਕਿ ਪਾਕਿਸਤਾਨ ਦੇ ਵਿੱਚ ਯਕੀ ਆ ਰਹੇ ਹੋ ਜਿਹੜੇ ਛੁੱਟ ਬੰਦੇ ਹੁੰਦੇ ਨੇ ਉਹਨਾਂ ਦੇ ਨਾਲ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਅਟੈਚ ਹੁੰਦੀਆਂ, ਜਿਨ੍ਹਾਂ ਦੇ ਕੋਲ ਬੜੀ ਬਲੈਕ ਮਨੀ ਹੁੰਦੀ ਹੈ, ਕਾਲੇ ਰੰਗ ਦੇ ਨੋਟ ਨਹੀਂ ਹੁੰਦੇ, ਵੜ ਜੋ ਬਲੈਕ ਮਨੀ ਉਹ ਦੂਸਰੀ ਨਜਾਇਜ਼ ਪੈਸਾ ਜਿਹੜਾ ਗਰੀਬ ਆਵਾਮ ਕੋਲ ਲੁੱਟਿਆ, ਸਕੀਮ ਐਂ ਦੀ ਲਾਉਂਦੇ ਨੇ ਕਿ ਉਸ ਪੈਸੇ ਨੂੰ ਵਾਈਟ ਕਰਨਾ, ਜਿਹੜੇ ਜ਼ਿੰਮੇਦਾਰੀ ਵਾਲਿਆਂ ਨੂੰ ਬਣਾਉਂਦੇ ਨੇ, ਉਹਨਾਂ ਦੇ ਨਾਮ ਤੇ ਕਾਫੀ ਸਾਰੀ ਪ੍ਰਾਪਰਟੀ ਵਗੈਰਾ ਜੋ ਕੁਝ ਹੁੰਦਾ ਸਾਰਾ ਕੁਝ ਉਹਨਾਂ ਦੇ ਨਾਮ ਲਾਸਟ ਪਰਸੈਂਟੇਜ
ਨਹੀਂ ਕਰ ਰਿਹਾ। ਬਾਹਰ ਦੇ ਮੁਲਕਾਂ ਚ ਸਾਡੇ ਮੁਲਕ ਦੇ ਅੱਗੇ ਝੰਡੇ ਲੱਗੇ, ਬਾਕੀ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਢੋਂਗੀ ਬਾਬਿਆਂ ਨੇ ਵੱਖਰੀ ਭੈਣ ਜੀ ਚਲਾਈ। ਭਾਈ ਸਾਹਿਬ ਰੁਪਈਏ ਕਮਾਉਣ ਦਾ ਜਦੀਦ ਤਰੀਕਾ, ਬਾਕੀ ਫਿਰ ਬਾਬਾ ਜੀ ਇਸ ਮੁਲਕ ਦੇ ਬਾਰੇ ਚ ਅਸੀਂ ਕੀ ਹੀ ਗੱਲ ਕਰਨੀ ਜੇ ਇਸ ਮੁਲਕ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਵੋਟ ਤੱਕ ਨਹੀਂ ਪਾ ਸਕਦਾ। ਵੋਟ ਛੱਡੋ, ਵੋਟ ਤੇ ਬੜੇ ਦੂਰ ਦੀ ਗੱਲ ਹੈ, ਬੰਦਾ ਕਿਸੇ ਦੇ ਹੱਕ ਚ ਨਾਰਾ ਨਹੀਂ ਲਾ ਸਕਦਾ ਉਸ ਮੁਲਕ ਨੂੰ ਆਜ਼ਾਦ ਕੌਮ ਕਹਿੰਦੇ। ਮੈਨੂੰ ਤਾਂ ਲੱਗਦਾ ਅੰਗਰੇਜ਼ਾਂ ਵਾਲੇ ਦੌਰ ਨਾਲੋਂ ਭੈੜਾ ਹਾਲ ਹੈ ਸਾਡਾ। ਅੱਧਿਆਂ ਬੰਦਿਆਂ ਨੂੰ ਦੋ ਨੰਬਰ ਪੀਰਾਂ ਤੇ ਬਾਬਿਆਂ ਨੇ ਚੱਲਿਆ ਕੀਤਾ, ਜਿਹੜੇ ਬਾਕੀ ਨੇ ਉਹਨਾਂ ਨੂੰ ਸਾਡੀ ਗਵਰਨਮੈਂਟ ਨਹੀਂ ਜੀਣ ਦਿੰਦੀ। ਬਾਕੀ ਖੈਰ ਅੱਜ ਮੈਂ ਕੁਝ ਜ਼ਿਆਦਾ ਹੀ ਸੱਚ ਬੋਲ ਛੱਡੇ ਨੇ, ਫਿਰ ਅੱਜ ਲਈ ਬੜੇ ਬਾਕੀ ਥੋੜਾ ਜਿਹਾ ਕਾਮਨ ਸੈਂਸ ਦੇ ਨਾਲ ਕੰਮ ਲਿਆ ਕਰੋ। ਦੁਨੀਆ ਤੇ ਆਓ ਤੇ ਇਸ ਬਗੈਰਤੀ ਤੋਂ ਬਚੋ, ਜਿੰਨਾ ਹੋ ਸਕਦਾ ਉਹਨਾਂ ਬਚੋ। ਨਹੀਂ ਬਸ ਯਾਰ ਉਹ ਮੈਨੂੰ ਰਾਤ ਦਾ ਬਹੁਤ ਵੱਟ ਚੜਿਆ ਸੀ ਕਿ ਇਹਨੇ ਸਟ੍ਰਾਈਕ ਕਿਹੜੀ ਵਜ੍ਹਾ ਤੋਂ ਮਾਰੀ। ਬਾਕੀ ਚਲੋ ਹੁਣ ਜਿਹੜਾ ਪਟਿੰਦਾ ਸੂ ਪੱਟ ਲਿਆ, ਬਾਕੀ ਵੀਡੀਓ ਨੂੰ ਤੁਸੀਂ ਤੁੰਨ ਕੇ ਸ਼ੇਅਰ ਮਾਰੋ। ਪਿਛਲੀ ਵੀਡੀਓ ਤੇ ਤੁਸੀਂ ਬੜੀ ਸਪੋਰਟ ਪਾਈ ਉਹਦੇ ਲਈ, ਲਵ ਯੂ। ਬਸ ਇੰਜ ਤੁਹਾਡੇ ਇਰਦ ਗਿਰਦ ਜਿੰਨੇ ਵੀ ਪਾਗਲ ਜਾਂ ਜਾਹਲ ਬੰਦੇ ਉਹਨਾਂ ਨੂੰ ਥੋੜੀ ਅਕਲ ਉਕਲ ਦਿਓ ਤੇ ਉਹਨਾਂ ਨੂੰ ਸਮਝਾਓ ਕਿ ਯਾਰ ਬਾਜ਼ ਆ ਜਿਹੋ ਜਿਹੇ ਬਗੈਰਤਨ ਤੋਂ ਬਚ ਜਾਓ।